ਨਾਲ ਕੀ ਰਿਸ਼ਤਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਸਾਰੇ ਘਟਨਾ ਕ੍ਰਮ ਬਾਰੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਜੀ ਅਮਰ ਸਿੰਘ ਨਾਮ ਆ ਜੀ, ਸਾਡੀ ਚਾਚਾ ਜੀ ਦੀ ਲੜਕੀ ਆ ਕੁਲਵਿੰਦਰ ਕੌਰ, ਤੇ ਘਟਨਾ ਕ੍ਰਮ ਆ ਤੁਸੀਂ ਵੇਖ ਹੀ ਲਿਆ ਜੋ ਮੀਡੀਆ ਚੱਲਣ ਡਿਆ। ਇੱਕ ਉਹਨਾਂ ਤਕਾਰ ਹੋਇਆ ਵਾ ਆਪਣੇ ਕੰਗਣਾ ਦੇ ਨਾਲ, ਤੇ ਉਹਨਾਂ ਨੇ ਕੋਈ ਹੋ ਗਿਆ ਹੋਊਗਾ ਚੈਕਿੰਗ ਤੋਂ, ਵੀ ਚੈਕਿੰਗ ਨਾ ਕਰਾਉਂਦੀ ਹੋਊਗੀ। ਇਹਨਾਂ ਮੀਡੀਆ ਵਾਲਿਆਂ ਨੇ ਇੱਕ ਸੋਸਾ ਛੱਡਤਾ ਵੀ ਉਹਦੇ ਲੱਫੜ ਮਾਰਤਾ, ਬਿਲਕੁਲ ਸਾਡੀ ਲੜਕੀ ਨੇ ਲੱਫੜ ਨਹੀਂ ਮਾਰਿਆ, ਜੇ ਕਿਤੇ ਮਾਰਿਆ ਤਾਂ ਸਾਨੂੰ ਦਿਖਾਉਣ। ਸਾਡਾ ਤੇ ਮੁੜ ਤੋਂ ਹੀ ਪਰਿਵਾਰ ਜਿਹੜਾ ਵਾ ਆਰਮੀ ਚ, ਫੌਜ ਤੋਂ, ਦਾਦਿਆਂ ਤੋਂ ਲੈ ਕੇ ਚਲਦੀ ਹੈ, ਹਾਂਜੀ, ਮੁੜ ਤੋਂ ਹੀ ਪਰਿਵਾਰ ਸਾਡਾ ਜਿਹੜਾ ਵਾ ਇਹ ਫੌਜੀ ਚ ਫੌਜੀ ਹੋਏ ਆ, ਆਰਮੀ ਚ ਹੋਏ ਆ, ਪੰਜ ਸਾਡੇ ਫੌਜੀ ਪਹਿਲਾਂ ਹੋ ਚੁੱਕੇ, ਕੈਪਟਨ ਦੇ ਰੈਂਕ ਤੱਕ ਹੋ ਚੁੱਕੇ ਆ। ਜਿਹੜੀ ਇਹ ਕੰਗਣਾ ਕਹਿ ਰਹੀ ਆ ਵੀ ਅੱਤਵਾਦੀ ਆ ਫਲਾਣੇ ਆ, ਇਹਨਾਂ ਨੇ 71 ਦੀ ਜੰਗ ਵੀ ਲੜੀ, 65 ਦੀ ਵੀ ਲੜੀ, ਕਿਉਂ ਅੱਤਵਾਦੀ ਹੀ ਨਾ ਜੰਗਾਂ ਲੜੀਆਂ ਪਹਿਲਾਂ? ਇਹ ਬਿਲਕੁਲ ਗਲਤ ਬੋਲ ਰਹੀ ਆ। ਪਹਿਲਾਂ ਵੀ ਇਹ ਕਿਸਾਨਾਂ ਨੂੰ ਬਹੁਤ ਗਲਤ ਬੋਲੀ ਸੀ, ਵੀ ਮਾਤਾ ਭੈਣਾਂ ਨੂੰ ਬੋਲੀ ਸੀ ਵੀ ਇਹ ਟਕੇ ਟਕੇ ਦੀਆਂ 100 ਤੇ ਦਿਹਾੜੀ ਤੇ ਆਈਆਂ ਸੀ। ਉਹ ਜ਼ਰੂਰ ਸਾਡੀ ਲੜਕੀ ਨੇ ਬੋਲਿਆ ਵੀ ਤੂੰ ਆਹ ਗੱਲਾਂ ਬੋਲੀਆਂ, ਜਦੋਂ ਤਕਾਰ ਹੋਇਆ ਸੀ ਉਹਨਾਂ ਦਾ, ਤੂੰ ਮੈਮ ਹੋਈ ਆ, ਉਹ ਇਹ ਲਫ਼ਜ ਜ਼ਰੂਰ ਬੋਲਦੀ ਸੁਣ ਰਹੀ ਮੀਡੀਆ ਸਾਹਮਣੇ। ਕੋਈ ਲੱਫੜ ਨਹੀਂ ਵੇਖਿਆ ਸੀ, ਕੋਈ ਗੱਲ ਨਹੀਂ, ਇਹਦੀ ਜਾਂਚ ਹੋਊਗੀ, ਇਨਕੁਆਇਰੀ ਹੋਊਗੀ, ਸਾਰਾ ਸਾਹਮਣੇ ਆ ਜਾਊਗਾ ਜੀ ਸੱਚ। ਹੁਣ ਮੰਗ ਕੀ ਕਰਨਾ ਚਾਹੁੰਦੇ? ਅਸੀਂ ਮੰਗ ਇਹ ਕਰਨੀ ਚਾਹੁੰਦੇ ਜੋ ਸੱਚ ਉਹ ਸਾਹਮਣੇ ਦਿਖਾਇਆ ਜਾਵੇ, ਜੇ ਥੱਪੜ ਮਾਰਿਆ ਤਾਂ ਸਾਨੂੰ ਦਿਖਾਇਆ ਜਾਵੇ ਵੀ ਕਿੱਥੇ ਮਾਰਿਆ ਵਾ। ਇਹ ਬਿਲਕੁਲ ਜਿਹੜੀ ਅੱਤਵਾਦੀ ਦੱਸਣ ਦੇ, ਅੱਤਵਾਦੀ ਨਹੀਂ ਗੇ, ਪੰਜਾਬ ਦੇ ਸਾਰੇ ਯੋਧੇ ਆ, ਸੂਰਬੀਰ ਆ। ਕੀ ਗੱਲ, 16 ਸਾਲ ਤੋਂ ਲੜਕੀ ਜਿਹੜੀ ਆ ਉਹ ਆਰਮੀ ਚ ਕੰਮ ਕਰ ਰਹੀ ਆ, ਕੀ ਉਹਨੇ ਪਹਿਲਾਂ ਅੱਜ ਤੋਂ ਪਹਿਲਾਂ ਕਿਤੇ ਇਹੋ ਜਿਹਾ ਕੋਈ ਹਰਕਤ ਹੋਈ ਆ? ਕੋਈ ਹੋਰ ਵੀ ਕਰ ਰਹੇ ਆ ਸਾਡੇ ਪੰਜਾਬ ਦੇ ਜਵਾਨ, ਕਰਨ ਦੇ ਆ ਆਰਮੀ ਚ ਨੌਕਰੀ ਕਰਨ ਦੇ ਆ, ਸਰਵਿਸ ਕਰਨ ਦੇ, ਉਹ ਸਾਰੇ ਅੱਤਵਾਦੀ ਆ। ਹਾਂਜੀ, ਕੀ ਨਾਮ ਹੈ ਤੁਹਾਡਾ ਤੇ ਇਸ ਘਟਨਾ ਕ੍ਰਮ ਨੂੰ ਕਿਵੇਂ ਦੇਖਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਵਣ ਸਿੰਘ ਬਾਗੂਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੀ। ਜੋ ਵੀ ਘਟਨਾ ਵਾਪਰਦੀਆਂ ਉਹ ਕਿਤੇ ਨਾ ਕਿਤੇ ਕਿਤੇ ਰੋਸ ਤੋਂ ਨਿਕਲਦੀਆਂ, ਜੋ ਸਾਨੂੰ ਮੀਡੀਆ ਰਹੀ ਇਹ ਗੁੜੀਆ ਦਾ ਪਤਾ ਲੱਗਾ ਹਲਦੀ ਘੜੀ ਦੇ। ਮੇਰਾ ਖਿਆਲ ਆ ਵੀ ਅਸੀਂ ਤਾਂ ਕਦੀ ਗੁੜੀਆ ਦੇ ਮੱਥੇ ਵੀ ਨਹੀਂ ਲੱਗੇ, ਜੋ ਵਿਆਹੀ ਆ ਕਾਫੀ ਲੰਮੇ ਸਮੇਂ ਤੋਂ। ਪਰ ਜੋ ਵੀ ਕੁਛ ਹੋਇਆ ਉਹਨਾਂ ਦਾ ਜੋ ਡਿਊਟੀ ਆ, ਡਿਊਟੀ ਦੇ ਵਿੱਚ ਮੁਲਾਜ਼ਮ ਜਿਹੜਾ ਉਹ ਪੂਰਾ ਆਪਦੀ ਡਿਊਟੀ ਨਿਭਾਉਂਦਾ। ਜੋ ਸਾਨੂੰ ਪਤਾ ਲੱਗਾ ਕਿ ਜੋ ਪਰਸ ਤੇ ਮੋਬਾਈਲ ਜਿਹੜਾ ਉਹਨਾਂ ਦਾ ਟਰੇਸ ਕਰਨਾ ਹੈ ਜਾਂ ਸਕੈਨ ਕਰਨਾ ਹੁੰਦਾ, ਸਿਕਿਉਰਿਟੀ ਜਿਹੜੀ ਹੁੰਦੀ ਏਅਰਪੋਰਟ ਤੇ ਬਹੁਤ ਜ਼ਿਆਦਾ ਸਖ਼ਤ ਹੁੰਦੀ ਆ, ਆਪਾਂ ਨੂੰ ਸਾਰਿਆਂ ਨੂੰ ਪਤਾ। ਉੱਥੇ ਉਹਨਾਂ ਦੀ ਸਿਕਿਉਰਿਟੀ ਦੀ ਤਲਾਸ਼ੀ ਤੋਂ ਤੂੰ ਮੈਂ ਹੋਈ ਆ, ਤੂੰ ਮੈਂ ਦੇ ਵਿੱਚੋਂ ਜੋ ਕੁਝ ਆਇਆ ਉਹ ਸਾਹਮਣੇ ਫਿਰ ਗਾਂਹ ਦੀ ਗਾਂਹ ਗਾਂਹ ਲੜੀ ਨਾ ਲੜੀ ਬਣਦੀ ਆਈ ਆ। ਪਰ ਇਹਦੇ ਵਿੱਚ ਜਿਹੜਾ ਵੀ ਮੰਨ ਲਓ ਤੁਸੀਂ ਵੀ 12-13 ਲੱਖ ਲੋਕਾਂ ਨੇ ਉਹਨਾਂ ਨੂੰ ਚੁਣਿਆ, 9 ਵਿਧਾਨ ਸਭਾ ਹਲਕਿਆਂ ਦਾ ਉਹ MP ਆ, ਤੇ ਉਹਨਾਂ ਨੂੰ ਕਦੇ ਨਾ ਕਦੇ ਸ਼ਬਦਾਂ ਦੀ ਮਰਿਆਦਾ ਰੱਖਣੀ ਚਾਹੀਦੀ ਆ, ਕਿਉਂਕਿ ਹਰ ਜਿਹੜਾ ਵਿਅਕਤੀ ਆ ਉਹਨੂੰ ਆਪਦੇ ਅਹੁਦੇ ਦੀ ਮਰਿਆਦਾ ਜਿਹੜੀ ਆ ਉਹ ਪੂਰੇ ਤੌਰ ਤੇ ਰੱਖਣੀ ਚਾਹੀਦੀ ਆ। ਅਸੀਂ ਇਹ ਨਹੀਂ ਆਉਂਦੇ ਵੀ ਬਹੁਤ ਖੁਸ਼ੀ ਦੀ ਗੱਲ ਆ, ਬਹੁਤ ਮਾੜੀ ਗੱਲ ਆ, ਇਹ ਚੰਗੀ ਗੱਲ ਨਹੀਂ। ਪਰ ਇਹਨੂੰ ਕਿਤੇ ਨਾ ਕਿਤੇ ਫਸਾਇਆ ਗਿਆ, ਕਿਤੇ ਨਾ ਕਿਤੇ ਉਸ ਗੱਲ ਤੋਂ ਕਰੋਪ ਕੀਤਾ ਗਿਆ, ਨਹੀਂ ਤੇ ਕੋਈ ਵੀ ਮੁਲਾਜ਼ਮ ਜਿਹੜਾ ਆਪਦੀ ਚੰਗੀ ਭਲੀ ਡਿਊਟੀ ਕਰਦਾ, ਨੌਕਰੀ ਕਰਦਾ, ਉਹਨਾਂ ਨੂੰ ਨੌਕਰੀ, ਜਿਹੜੇ ਮੁਲਾਜ਼ਮ ਸਾਡੇ ਪਰਿਵਾਰਾਂ 'ਚੋਂ ਆ, ਕਿਸਾਨ ਮਜ਼ਦੂਰਾਂ ਦੇ ਬੱਚੇ ਨੌਕਰੀਆਂ ਕਰਦੇ ਆ, ਉਹਨਾਂ ਨੂੰ ਨੌਕਰੀਆਂ ਕਰਨ ਦੇਣੀਆਂ ਚਾਹੀਦੀਆਂ। ਇਹੋ ਜਿਹੇ ਬਿਆਨ ਜਿਹੜੇ ਆ ਸਾਡੇ ਜਿਹੜੇ ਨੇਤਾ ਵਾ, ਭਾਵੇਂ MP ਆ, MLA ਆ, ਕੋਈ ਵੀ ਆ, ਇਹਨਾਂ ਨੂੰ ਬਿਆਨ ਸੋਚ ਸਮਝ ਕੇ ਦੇਣੇ ਚਾਹੀਦੇ ਆ। ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਬਿਲਕੁਲ ਨਹੀਂ ਕਰਨਾ ਚਾਹੀਦਾ। ਅੱਜ ਉਸ ਲੜਕੀ ਵੱਲੋਂ ਖੁਦ ਵੀ ਜਿਹੜਾ ਬਿਆਨ ਦਿੱਤਾ ਗਿਆ ਹੈ, ਜਦੋਂ ਉੱਥੇ ਵੀਡੀਓ ਇੱਕ ਵਾਇਰਲ ਹੋ ਕੇ ਸਾਹਮਣੇ ਆਈ ਹੈ ਕਿ ਇਹ ਕੰਗਣਾ ਰਣੌਤ ਜਿਹੜੀ ਹੈ ਉਹ ਇਹ ਦੱਸਦੀ ਸੀਗੀ ਕਿ 100-100 ਰੁਪਏ ਦੇ ਵਿੱਚ ਜਿਹੜੀਆਂ ਮਹਿਲਾਵਾਂ ਨੇ ਉਹ ਕਿਸਾਨੀ ਮੋਰਚੇ ਵਿੱਚ ਲਿਆਈਆਂ ਜਾਂਦੀਆਂ ਨੇ, ਅਤੇ ਉਸ ਵੇਲੇ ਉਹਨਾਂ ਦੀ ਮਾਤਾ ਵੀ ਜਿਹੜੀ ਉੱਥੇ ਮੌਜੂਦ ਸੀ। ਵੇਖੋ 2021
2021 ਦੇ ਵਿੱਚ ਮੋਰਚਾ ਦਿੱਲੀ ਲੱਗਾ, ਜਿਹੜਾ ਸੈਂਟਰ ਦੇ ਵਜ਼ੀਰ ਭਾਜਪਾ ਦੇ ਸੀ, ਕਿਹੜਾ ਕਿਹੜੀ ਗੱਲ ਨਹੀਂ ਉਹ ਬੋਲੇ, ਪਰ ਉਹਦੇ ਵਿੱਚ ਜਦੋਂ ਇਹ ਸਿਕਿਉਰਿਟੀ ਤੋਂ ਗੱਲਾਂ ਆਈਆਂ ਤੇ ਫਿਰ ਉਹਨੇ ਇਹ ਜ਼ਰੂਰ ਕਿਹਾ ਹੋਊਗਾ ਕਿ ਇਹ ਲੋਕ ਜਿਹੜੇ ਆ ਇਹ ਸਾਡੇ ਲਗਾਤਾਰ ਕਿਸਾਨੀ ਮੋਰਚੇ ਦੇ ਵਿੱਚ ਬੈਠੇ ਜਿਹੜੇ ਲਗਾਤਾਰ ਮਿਹਨਤ ਕਸ਼ ਲੋਕ ਆ, ਤੇ ਜੇ ਉਹਨਾਂ ਨੂੰ ਟਕੇ ਟਕੇ ਦੇ ਉਹਨੇ ਕਿਹਾ ਗੁੜੀਆ ਨੇ, ਤੇ ਇਹ ਗੱਲ ਕੋਈ ਗਲਤ ਨਹੀਂ ਗਈ। ਉਹ ਬਿਲਕੁਲ ਕਈ ਕੰਗਣਾ ਦੇ ਇੱਕ ਨਹੀਂ ਨੇਗਾ ਬਿਆਨ ਆਏ ਆ, ਬਹੁਤ ਬਿਆਨ ਉਹਦੇ ਜਿਹੜੇ ਆਏ ਆ ਉਹ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰਾਂ ਦੇ ਖਿਲਾਫ ਆਉਂਦੇ ਰਹੇ ਆ। ਪਰ ਵੇਖੋ ਕਿਤੇ ਨਾ ਕਿਤੇ ਜਦੋਂ ਕੋਈ ਵੀ ਭਾਫ਼ ਬਣਦੀ ਆ ਕਿਤੇ ਨਾ ਕਿਤੇ ਧੂੰਆਂ ਬਣਦਾ ਤੇ ਫਿਰ ਅੱਗ ਬਲਦੀ ਆ। ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਵੀ ਸਰਕਾਰ ਨੂੰ, ਐਮਪੀਆਂ ਨੂੰ, ਪ੍ਰਧਾਨ ਮੰਤਰੀ ਨੂੰ, ਸਾਰਿਆਂ ਨੂੰ ਮਰਜ਼ਾਦਾ ਬੋਲਣ ਤੇ ਜ਼ਰੂਰ ਭਾਸ਼ਾ ਤੇ ਰੱਖਣੀ ਚਾਹੀਦੀ ਆ। ਉਹਨੇ ਗੱਲ ਕਹੀ ਆ ਵੀ ਟਗੇ ਟਗੇ ਦੀਆਂ ਬੀਬੀਆਂ ਜਿਹੜੀਆਂ ਆ ਗਈਆਂ, ਪਰ ਇਹ ਲੋਕ ਸੰਘਰਸ਼ੀ ਆ, ਸੰਘਰਸ਼ਸ਼ੀਲ ਲੋਕ ਆ, ਇਹ ਉਹਨਾਂ ਲੋਕਾਂ ਦੇ ਵਾਰਸ ਆ ਜਿਨ੍ਹਾਂ ਨੇ ਬੱਚਿਆਂ ਦੇ ਟੁਕੜੇ ਗਲਾਂ ਦੇ ਵਿੱਚ ਹਾਰ ਪਵਾਏ, ਸਵਾ ਸਵਾ ਮਣ ਦੇ ਪੀਸਣੇ ਪੀਸੇ, ਖਨੀ ਖਨੀ ਰੋਟੀ ਦੇ ਗੁਜ਼ਾਰਾ ਕੀਤਾ, ਇੱਕ ਪਿਆਲਾ ਪਾਣੀ ਦਾ ਪੀਂਦੇ ਰਹੇ। ਇਹ ਲੋਕ ਤੇ ਉਹਨਾਂ ਨੂੰ ਵੀ ਨਹੀਂ ਬਖਸ਼ਦੇ, ਇਹ ਉਹਨਾਂ ਲੋਕਾਂ ਦੇ ਵਾਰਸ ਆ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੰਨੇ ਵੀ ਲੋਕ ਆ, ਵੱਡੇ ਵਜ਼ੀਰ ਆ, ਮੰਤਰੀ, ਇਹਨਾਂ ਨੂੰ ਆਪਦੀ ਭਾਸ਼ਾ ਤੇ ਕੰਟਰੋਲ ਕਰਨਾ ਚਾਹੀਦਾ ਤੇ ਲੋਕਾਂ ਨੂੰ ਡਿਊਟੀਆਂ ਆਪਦੀਆਂ ਸਹੀ ਤਰੀਕੇ ਨਾਲ ਕਰਨ ਦੇਣੀਆਂ ਚਾਹੀਦੀਆਂ। ਡਿਊਟੀ ਦੇ ਦੌਰਾਨ ਇੱਕ ਵੱਡੀ ਅਣਗਹਿਲੀ ਤੋਂ ਸਬੰਧ ਹੋਈ ਹੈ, ਕੀ ਲੱਗਦਾ ਹੈ ਕਿ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੇ ਲੋਕ ਪੁੱਜੇ ਨੇ ਜਾਂ ਜਿਹੜੇ ਕਿਸਾਨੀ ਜਥੇਬੰਦੀਆਂ ਨੇ ਉਹ ਇਸ ਲੜਕੀ ਦੇ ਨਾਲ ਡਰ ਕੇ ਖਲੋਣਗੇ? ਵੇਖੋ ਜ਼ਰੂਰ ਖਲੋਣਗੀਆਂ, ਜ਼ਰੂਰ ਖਲੋਣਾ ਚਾਹੀਦਾ, ਕਿਉਂਕਿ ਉਹਨੇ ਜੇ ਟਗੇ ਟਗੇ ਦਾ ਉਹਨੇ ਟਗੇ ਟਗੇ ਦੀਆਂ ਬੀਬੀਆਂ ਕਿਹਾ ਤੇ ਉਹਦੇ ਮਨ 'ਚ ਵੀ